ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੁੱਚੋ ਮੰਡੀ ਵਿਖੇ ਕਾਲੀਆਂ ਝੰਡੀਆਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਵੱਲੋਂ ਕਾਲਾ ਦਿਵਸ ਮਨਾਇਆ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਦਿੱਲੀ ਦੇ ਵਿੱਚ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਰੱਦ ਨਹੀਂ ਕੀਤੇ ਜਾ ਰਹੇ ਜਿਸ ਤੇ ਰੋਸ ਵਜੋਂ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਂਝਾ ਟੀਵੀ ਤੋਂ ਲਾਈਵ ਤਸਵੀਰਾਂ ਦੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਕਾਬਲਾ ਪੁਖਾਨ ਮੈਦੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਰਾਜ ਪ੍ਰਬੰਧ ਮੁਰਦਾਬਾਦ 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 ਰਾਜ ਪ੍ਰਬੰਧ ਮੁਰਦਾਬਾਦ 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 ਰਾਜ ਪ੍ਰਬੰਧ ਮੁਰਦਾਬਾਦ ਮੁਰਦਾਬਾਦ ਮੈਂ ਭਾਰਤੀ ਕਿਸਾਨ ਜੀ ਨੂੰ ਟਕਾਉਂਦਾ ਬਲਾਕ ਨਥਾਣੇ ਦਾ ਪ੍ਰਧਾਨ ਬੁਟਾ ਸਿੰਘ ਤੁੰਗਲੀ ਜੋ ਵੀ ਅੱਜ ਅਸੀਂ ਸਖਤ ਮੋਰਚੇ ਕੰਨੋਂ ਸਾਨੂੰ ਸੱਦਾ ਆਇਆ ਹੈ ਵੀ ਕਾਲੀਆਂ ਝੰਡੀਆਂ ਲੈ ਕੇ ਸ਼ਹਿਰਾਂ ਦੇ ਵਿੱਚ ਮਾਰਚ ਕਰਨਾ ਵੀ ਜੋ ਜਿਹੜੀ ਕਾਲੀ ਆਜ਼ਾਦੀ ਸਾਨੂੰ ਮਿਲੀ ਹੈ ਕਿਉਂਕਿ ਸਾਡੇ ਜੋ ਭਗਤ ਸਿੰਘ ਸ਼ਹੀਦ ਭਗਤ ਸਿੰਘ ਅੰਗਰਗਣ ਸਾਨੂੰ ਕੁਝ ਨਾ ਕੁਝ ਸਿਖਾਇਆ ਸੀ ਜੋ ਬੋਲਣ ਦਾ ਅਧਿਕਾਰ ਦਿੱਤਾ ਸੀਗਾ ਉਹ ਸਾਥੋ ਅੱਜ ਖੁਸ਼ੀ ਜਾ ਰਹੀ ਹੈ ਵੀ ਜੋ ਅੱਜ ਸਾਡਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਜਿਹੜੇ ਸਾਡੇ ਹੱਕ ਖੋਹੇ ਜਾ ਰਹੇ ਨੇ ਉਹਦਾ ਕਰਕੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਅਸੀਂ ਰੋਸ ਮਾਰਚ ਕੀਤਾ ਹੈ ਪਹਿੰਡੇ ਦੇ ਵਿੱਚ ਹੋਰ ਵੀ ਥਾਂ ਥਾਈ ਅੱਜ ਅਸੀਂ ਪੁੱਛੋ ਮੰਡੀ ਦੇ ਵਿੱਚ ਰੋਸ ਮਾਰਚ ਕਰਨਾ ਹੈ ਹੁਣ ਇੱਥੇ ਤੁਰਾਂਗੇ ਅਸੀਂ 1:30 ਵਜੇ ਇਸ ਕਰਕੇ ਵੀ ਜਿਹੜੇ ਇੱਥੋਂ ਦੀ ਭਾਜਪਾ ਸਰਕਾਰ ਹੈ ਜਿਹੜੀ ਕੁੰਭਕਾਰ ਦੀ ਨੀਂਦ ਸੁੱਤੀ ਪਈ ਆ ਸਾਡਾ ਉੱਥੇ ਘੱਟੋ-ਘੱਟ 600 ਕਿਸਾਨ ਮਜ਼ਦੂਰ ਸੀਦ ਹੋ ਗਿਆ ਉਸ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਕਿਉਂਕਿ ਜਿਹੜੇ ਕਾਲੇ ਕਾਨੂੰਨ ਹੈ ਇਹ ਅੱਜ ਸਾਡੇ ਕੱਲਿਆਂ ਤੇ ਨਹੀਂ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨਦਾਰਾਂ ਤੇ ਸਾਡੇ ਆੜਤਿਆਂ ਤੇ ਜਿਹਨੂੰ ਅਸੀਂ ਕਹਿੰਦੇ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਉਹਨਾਂ ਤੇ ਵੀ ਇਹ ਲਾਗੂ ਹੋਇਆ ਹੈ ਕਿਉਂਕਿ ਜੋ ਇਹ ਕਾਲੇ ਕਾਨੂੰਨ ਸਾਡੇ ਤੇ ਮੰਡੇ ਜਾ ਰਹੇ ਨੇ ਯੂਪੀ ਬਿਹਾਰ ਬਣਾਉਣ ਤੇ ਤੁਲੀ ਹੋਏ ਇੱਥੋਂ ਦੇ ਹਾਕਮ ਯੂਪੀ ਬਿਹਾਰ ਕੋਈ ਮਾੜਾ ਦੇਸ਼ ਨਹੀਂ ਸਾਡਾ ਨੋ ਚੰਗਾ ਦੇਸ਼ ਹੈ ਵਧੇਗਾ ਜ਼ਮੀਨ ਹੈ ਪਰ ਇਹ ਤਿੰਨ ਕਾਨੂੰਨ ਉੱਥੇ ਲਾਗੂ ਹੈ ਉਹਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਉਹਦੀ ਲੁੱਟ ਕੀਤੀ ਜਾ ਰਹੀ ਹੈ ਉਹੀ ਹਾਲ ਸਾਡੇ ਨਾਲ ਹੋ ਰਿਹਾ ਹੈ ਅੱਜ ਜਿਹੜੇ ਦੁਕਾਨਦਾਰ ਹੈ ਜਮ੍ਹਾਂ ਵਿਹਲੇ ਬੈਠੇ ਨਾ ਐਡੀ ਮਹਿੰਗਾਈ ਦੇ ਵਿੱਚ ਤੇਲ ਦੀ ਮਹਿੰਗਾਈ ਹੋਵੇ ਤੇ ਸਾਡੇ ਤੇ ਨਵੀਆਂ ਸਰ ਜਮਾ ਬੰਦੀਆਂ ਮਾਰਕੀਟ ਕਮੇਟੀਆਂ ਦੇ ਵਿੱਚ ਦਿਓ ਵੀ ਫੇਰ ਥੋੜਾ ਕਿਸਾਨਾਂ ਦਾ ਝੋਨਾ ਵੇਖੂਗਾ ਕਿਉਂਕਿ ਸਾਡੀ ਵੱਡੀ ਗਿਣਤੀ 'ਚ ਕਿਸਾਨ ਠੇਕੇ ਤੇ ਵਾਣ ਲੈਂਦੇ ਪਿਆ ਤੇ ਜਿਹੜੇ ਠੇਕੇ ਤੇ ਵਾਣ ਦੇਣ ਵਾਲੇ ਕਿਸਾਨ ਉਹ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਐ ਕਿਦੋਂ ਸਾਡੇ ਖਾਤਿਆਂ 'ਚ ਪੰਜ ਛੇ ਪਾਉਂਦੇ ਐ ਜਦੋਂ ਉਹਨਾਂ ਦੇ ਖਾਤਿਆਂ 'ਚ ਪੈਸੇ ਵਾ ਕੇ ਉਹ ਹੁਣ ਇਹਨਾਂ ਨੇ ਅਸਲ ਨੀਤੀ ਇਹ ਹੈ ਵੀ ਬੈਂਕਾਂ ਨਾਲ ਇਹ ਜੁੜੇ ਹੋਇਆ ਵੀ ਸਾਡੇ ਕਿਸਾਨਾਂ ਨੇ ਲਿੰਟਾਂ ਭਰਨੀਆਂ ਜੋ ਕਿਸਾਨ ਦੇ ਖਾਤੇ 'ਚ ਪੈਸੇ ਵਾ ਜਿਹੜਾ ਸਾਡਾ ਮਿਹਨਤ ਕਰ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਠੇਕੇ ਤੇ ਵਾਣ ਬੀਜਦੇ ਐ ਉਹਨਾਂ ਦੀ ਵੱਡੀ ਲੁੱਟ ਹੋ ਕੇ ਵਿਰੋਧ ਕਰਦੇ ਆ ਤੇ ਕਿਸਾਨਾਂ ਨੂੰ ਅਪੀਲ ਕਰਦੇ ਆ ਕੋਈ ਜਮਾਂਬੰਦੀ ਨਹੀਂ ਦੇਣੀ ਅਸੀਂ ਝੋਨਾ ਦਾਣੇ ਦਾਣਾ ਅੱਗੇ ਵਾਂਗੂ ਬਕਾਵਾਂਗੇ ਇਹੀ ਸਾਡੀ ਬੇਨਤੀ ਹੈ